जहाँ बरकतें मिलती हैं, जहाँ बरकतें मिलती हैं। आओ खुदावन के घर चले, जहाँ नेमतें मिलती हैं, जहाँ नेमतें मिलती हैं। आओ खुदावन के घर चले, आओ खुदावन के घर चले। मैंने ढूंढा ये सारा जहां, तेरे जैसा ना कोई मिला। जैसे तूने किया है शमा, तेरे जैसा ना कोई मिला। मैंने ढूंढा ये सारा जहां, तेरे जैसा ना कोई मिला। जैसे तूने किया है शमा, तेरे जैसा ना कोई मिला। पापों का था कर्ज मुझ पर जो भारी, दुखों में जिंदगी गुजारी थी सारी। मेरे गुनाहों से मुझको बचाने तूने यीशु अपनी जिंदगी थी वारी। पापों का था कर्ज मुझ पर जो भारी, दुखों में जिंदगी गुजारी थी सारी। मेरे गुनाहों से मुझको बचाने तूने खुदा अपनी जिंदगी है वारी। तूने कर दी है कीमत अदा, तेरे जैसा ना कोई मिला। मैंने ढूंढा ये सारा जहां, तेरे जैसा ना कोई मिला। हाँ तेरे जैसा ना कोई मिला, तेरे जैसा ना कोई मिला। प्रभु ने उसनो अपनी देखभाल विच ले लिया, उसनों सिखिया दिती अते उस दी सुरक्षा कीती अते उसनों अपनिया अखा दा तारा बना के रखिया। उकाब दिथरा प्रभु ने अपने खंभा नू फैला के उसनों ले लिया अते अपने मोड़े उते चुकिया। प्रभु इकले ने ही
ਉਸ ਦੀ ਅਗਵਾਈ ਕੀਤੀ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਮਾਤਾ ਕਲੇਸੀਆ ਬਾਲਕ ਯੋਸੇਫ ਯੇਸੂ ਦੀ ਸੰਤਨੀ ਤਰੇਸਾ ਦਾ ਤਿਉਹਾਰ ਮਨਾਉਂਦੀ ਹੈ। ਬਾਲਕ ਯੋਸੇਫ ਦੀ ਸੰਤਨੀ ਤਰੇਸਾ ਛੋਟੇ ਉਮਰ 'ਤੇ ਹੀ ਕੋਨਵੈਂਟ ਵਿੱਚ ਚਲੀ ਗਈ ਅਤੇ ਉਹ 9 ਸਾਲ ਤੱਕ ਕੋਨਵੈਂਟ ਵਿੱਚ ਰਹਿ ਕੇ ਖੁਦਾ ਦੀ ਵਡਿਆਈ ਅਤੇ ਖੁਦਾ ਦੀ ਉਸਤਤ ਕਰਦੇ ਹੋਏ ਪ੍ਰਾਰਥਨਾ ਵਿੱਚ ਲੱਗੀ ਰਹਿੰਦੀ ਸੀ ਅਤੇ 24 ਸਾਲ ਦੀ ਉਮਰ ਵਿੱਚ ਉਸਦਾ ਮੌਤ ਹੋ ਗਿਆ ਅਤੇ ਉਹ ਇੱਕ ਸੰਤਨੀ ਬਣ ਗਈ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੇ ਅੰਜੀਲ ਵਿੱਚ ਅਸੀਂ ਸੁਣਾਂਗੇ ਪਰਮੇਸ਼ੁਰ ਮਸੀਹ ਕਹਿੰਦਾ ਹੈ ਕਿ ਤੁਸੀਂ ਇੱਕ ਬਾਲਕ ਦੇ ਵੰਗ ਬਣੋ, ਕਿਉਂਕਿ ਇੱਕ ਬਾਲਕ ਨਿਰਦੋਸ਼ ਹੁੰਦਾ ਹੈ, ਪਵਿੱਤਰ ਹੁੰਦਾ ਹੈ ਅਤੇ ਜਦੋਂ ਅਸੀਂ ਬਾਲਕ ਦੇ ਵੰਗ ਬਣਦੇ ਹਾਂ ਤਾਂ ਅਸੀਂ ਖੁਦਾ ਬਾਪ ਕੋਲੋਂ ਭਰੋਸਾ ਰੱਖਦੇ ਹਾਂ, ਆਸਰਾ ਕਰਦੇ ਹਾਂ ਕਿ ਖੁਦਾ ਬਾਪ ਅਸੀਂ ਸਾਰਿਆਂ ਨੂੰ ਚੰਗੇ ਰਾਹ 'ਤੇ ਚੰਗੇ ਚੀਜ਼ਾਂ ਪ੍ਰਦਾਨ ਕਰੇਗਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅਸੀਂ ਇੱਥੇ ਹਾਜ਼ਰ ਬਹੁਤ ਸਾਰੇ ਲੋਕ ਬਜ਼ੁਰਗ ਹਨ, ਨੌਜਵਾਨ ਹਨ ਅਤੇ ਕੁਝ ਬੱਚੇ ਹਨ ਅਤੇ ਬੜੇ ਲੋਕ ਬਜ਼ੁਰਗ ਲੋਕ ਸੋਚਦੇ ਹਨ ਕਿ ਉਹ ਪਵਿੱਤਰ ਹਨ, ਨਿਰਦੋਸ਼ ਹਨ, ਲੇਕਿਨ ਅਸੀਂ ਪਾਪ ਕਰਦੇ ਹਾਂ, ਗੁਨਾਹ ਕਰਦੇ ਹਾਂ। ਇਸ ਲਈ ਆਓ ਅਸੀਂ ਪਾਕ ਕੁਰਬਾਨੀ ਚੜ੍ਹਾਉਣ ਤੋਂ ਪਹਿਲਾਂ ਅਸੀਂ ਖੁਦ ਬਾਪ ਤੋਂ ਮਾਫ਼ੀ ਮੰਗੀਏ ਤਾਂ ਕਿ ਅਸੀਂ ਪਾਕ ਕੁਰਬਾਨੀ ਯੋਗ ਅਤੇ ਸਹੀ ਢੰਗ ਨਾਲ ਚੜ੍ਹਾ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ ਅਤੇ ਨਾਲ ਅਤੇ ਅੰਗਲੀ ਹੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸਤ ਨਾਲ, ਆਪਣੇ ਹੀ ਦੋਸਤ ਨਾਲ, ਆਪਣੇ ਬਹੁਤ ਵੱਡੇ ਦੋਸਤ ਨਾਲ। ਇਸ ਲਈ ਤੰਸਦਾ ਕੁਮਾਰੀ ਮਰੀਅਮ, ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਸਦੀਵ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਵੜਿਆ ਹੈ
ਸ਼ਾਨ ਦੇ ਕਾਰਨ ਸ਼ੁਕਰ ਤੇਰਾ ਅਸੀਂ ਕਰਦੇ ਹਾਂ। ਸਵਰਗ ਦੇ ਪਾਤ ਸ਼ਾਹ ਖੁਦਾ ਬਾਪ ਕੁਦਰਤ ਵਾਲੇ ਖੁਦਾ, ਸਵਰਗ ਦੇ ਵਿੱਚ ਵਡਿਆਈ ਯੇਸੂ ਮਸੀਹ ਲੋਤੇ ਬੇਟੇ ਬਾਪ ਦੇ ਬੇਟੇ ਪ੍ਰਭੂ ਖੁਦਾ, ਬਾਪ ਦਾ ਬੇਟਾ ਦੁਨੀਆ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ ਹੈ। ਮਿਲਦਾ ਸੁਣ ਲੈ ਸਾਡੀਆਂ ਤੂੰ ਬਾਪ ਦੇ ਸੱਜੇ ਬੈਠਾ, ਪਰਮੇਸ਼ਵਰ ਹੈ ਪਰਮ ਚਾਹੇ ਏ ਖੁਦਾ, ਏ ਮਸੀਹਾ ਸ਼ਾਨ ਵਿੱਚ ਤੂੰ ਬਾਪ ਤੇ ਰੂਪਾਂ ਨਾ ਸਵਰਗ ਦੇ ਵਿੱਚ ਵਡਿਆਈ, ਮਹਿਮਾ ਹੋਵੇ ਖੁਦਾ ਦੀ ਧਰਤੀ ਉਤੇ ਨੇਕ ਲੋਕਾਂ ਦੇ ਵਿੱਚ ਸ਼ਾਂਤੀ, ਸਵਰਗ ਦੇ ਵਿੱਚ ਵਡਿਆਈ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਤੂੰ ਆਪਣੇ ਰਾਜ ਦੇ ਬੋਹੇ ਉਹਨਾਂ ਲਈ ਖੋਲ੍ਹਦਾ ਹੈ ਜੋ ਛੋਟੇ ਅਤੇ ਹਲੀਮ ਹਨ। ਬਖਸ਼ਦੇ ਕਿ ਅਸੀਂ ਵੀ ਪੂਰੇ ਭਰੋਸੇ ਨਾਲ ਬਾਲਕ ਯੋਸੇ ਦੀ ਸੰਤਨੀ ਤਰੇਸਾ ਵੱਲੋਂ ਦਿਖਾਏ ਗਏ ਰਾਹਾਂ ਉੱਤੇ ਚੱਲੀਏ, ਤਾਂ ਜੋ ਸਾਡੇ ਉੱਤੇ ਵੀ ਤੇਰੇ ਜਲਾਲੀ ਚਿਹਰੇ ਦੀ ਚਮਕ ਪ੍ਰਗਟ ਹੋ ਜਾਵੇ। ਸਾਡੇ ਪ੍ਰਵੇਸ਼ ਮਸੀਹ ਤੇਰੇ ਬੇਟੇ ਦੇ ਰਾਹੀ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਕਿ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੇ ਕਰ, ਆਮੀਨ। ਪ੍ਰਭੂ ਤੁਹਾਡੇ ਦਿਲ ਅਤੇ ਤੁਹਾਡੇ ਜ਼ੁਬਾਨ ਤੇ ਹੋਵੇ, ਤਾਂ ਜੋ ਤੁਸੀਂ ਪ੍ਰਭੂ ਦਾ ਵਚਨ ਯੁੱਗ ਦੇ ਸੇਡਾਂ ਨਾਲ ਸੁਣਾ ਸਕੋ। ਬਾਪ ਅਤੇ ਬੇਟੇ ਰੂਹ ਪਾਕ ਦੇ ਨਾਮ ਉੱਤੇ ਅੱਜ ਦਾ ਪਾਠ ਯਸਾਇਆ ਨਬੀ ਦਾ ਗ੍ਰੰਥ 68 ਬਾਪ 10 ਤੋਂ 14 ਆਇਤ। ਤੁਸੀਂ ਜੋ ਜਰੂਸਲਮ ਨੂੰ ਪਿਆਰ ਕਰਦੇ ਹੋ ਉਸ ਦੇ ਨਾਲ ਮਿਲ ਕੇ ਖੁਸ਼ੀ ਕਰੋ, ਤੁਸੀਂ ਜੋ ਉਸ ਦੇ ਲਈ ਸੋਗ ਕਰਦੇ ਹੋ ਉਸ ਦੇ ਲਈ ਆਨੰਦਿਤ ਹੋਵੋ, ਤੁਸੀਂ ਉਸ ਦੀ ਖੁਸ਼ਹਾਲੀ ਨੂੰ ਉਸੇ ਤਰ੍ਹਾਂ ਮਾਨੋਗੇ ਜਿਸ ਤਰ੍ਹਾਂ ਬੱਚਾ ਆਪਣੀ ਮਾਂ ਦਾ ਦੁੱਧ ਚੁੰਘਦਾ ਹੈ। ਪ੍ਰਭੂ ਕਹਿੰਦਾ ਹੈ, ਤੁਹਾਨੂੰ ਨਾ ਖਤਮ ਹੋਣ ਵਾਲੀ ਖੁਸ਼ਹਾਲੀ ਦੇਵਾਂਗਾ, ਕੌਮ ਦੀ ਸੰਪੱਤੀ
ਤੁਹਾਡੇ ਵੱਲ ਉਸ ਦਰਿਆ ਦੇ ਪਾਣੀ ਵਾਂਗ ਵਗੇਗੀ ਜੋ ਕਦੀ ਸੁੱਕਦਾ ਨਾ ਹੋਵੇ। ਤੁਸੀਂ ਉਸ ਬੱਚੇ ਦੇ ਵਾਂਗ ਹੋਵੋਗੇ ਜਿਸ ਦੀ ਪਾਲਣਾ ਪੋਸਣਾ ਉਸ ਦੀ ਮਾਂ ਨੇ ਆਪਣੀਆਂ ਬਾਹਾਂ ਵਿੱਚ ਲੈ ਕੇ ਬੜੇ ਪਿਆਰ ਨਾਲ ਕੀਤੀ ਹੋਵੇ। ਮੈਂ ਤੁਹਾਨੂੰ ਜਰੂਸਲਮ ਵਿੱਚ ਉਸੇ ਤਰ੍ਹਾਂ ਤਸੱਲੀ ਦੇਵਾਂਗਾ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਤਸੱਲੀ ਦਿੰਦੀ ਹੈ। ਜਦੋਂ ਤੁਸੀਂ ਇਹ ਹੁੰਦਾ ਵੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਇਸ ਨਾਲ ਤੁਹਾਨੂੰ ਸ਼ਕਤੀ ਅਤੇ ਸਿਹਤ ਮਿਲੇਗੀ। ਤਦ ਤੁਸੀਂ ਇਹ ਵੀ ਜਾਣ ਜਾਓਗੇ ਕਿ ਮੈਂ ਪ੍ਰਭੂ ਆਪਣੇ ਆਗਿਆਕਾਰੀਆਂ ਦੀ ਮਦਦ ਕਰਦਾ ਹਾਂ, ਆਪਣੇ ਵੈਰੀਆਂ ਉੱਤੇ ਕ੍ਰੋਧਿਤ ਹੁੰਦਾ ਹਾਂ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਜਾ
ਯਸੂ ਤੇਰੀ ਅੰਜੀਲ, ਤੇਰੀ ਅੰਜੀਲ ਯਸੂ ਤੇਰੀ ਅੰਜੀਲ, ਦੁੱਖਾਂ ਤੋਂ ਆਜ਼ਾਦੀ ਹੈ ਤੇਰੀ ਅੰਜੀਲ, ਦੁੱਖਾਂ ਤੋਂ ਆਜ਼ਾਦੀ ਹੈ ਤੇਰੀ ਅੰਜੀਲ, ਓ ਤੇਰੀ ਅੰਜੀਲ ਯਸੂ ਤੇਰੀ ਅੰਜੀਲ, ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜਲ ਸੰਤ ਮਤੇ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਇਹ ਪ੍ਰਭੂ। ਉਸਦਾ 18 ਬਾਪ 1 ਤੋਂ ਲੈ ਕੇ 5 ਐਤ ਤੱਕ। ਉਸ ਵੇਲੇ ਚੇਲੇ ਯੇਸੂ ਕੋਲ ਆਏ ਅਤੇ ਇਹ ਪੁੱਛਣ ਲੱਗੇ, ਸਵਰਗ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ? ਯੇਸੂ ਨੇ ਇੱਕ ਬੱਚੇ ਨੂੰ ਆਪਣੇ ਕੋਲ ਸੱਦ ਕੇ ਉਸਨੂੰ ਉਹਨਾਂ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਤੱਕ ਤੁਸੀਂ ਬਦਲ ਕੇ ਛੋਟੇ ਬੱਚਿਆਂ ਵਾਂਗ ਨਹੀਂ ਬਣੋਗੇ, ਤੁਸੀਂ ਸਵਰਗ ਰਾਜ ਵਿੱਚ ਕਦੇ ਦਾਖਲ ਨਹੀਂ ਹੋਵੋਗੇ। ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਹੈ, ਉਹ ਸਵਰਗ ਰਾਜ ਵਿੱਚ ਸਭ ਤੋਂ ਵੱਡਾ ਹੈ। ਜੋ ਕੋਈ ਅਜਿਹੇ ਬੱਚੇ ਨੂੰ ਮੇਰੇ ਨਾਮ ਉੱਤੇ ਸਵੀਕਾਰ ਕਰਦਾ ਹੈ, ਉਹ ਮੈਨੂੰ ਸਵੀਕਾਰ ਕਰਦਾ ਹੈ। ਪ੍ਰਭੂ ਦੀ ਅੰਜੀਲ, ਤੇਰੀ ਮਹਿਮਾ ਹੋਵੇ ਇਹ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਅਤੇ ਭੈਣੋ, ਜਿਸ ਤਰ੍ਹਾਂ ਅਸੀਂ ਅੱਜ ਮਾਤਾ ਕਲੇਸਿਆ ਬਾਲਕ ਯੋਸੇ ਦੀ ਸੰਤਨੀ ਤੇਰੇਸਾ ਦਾ ਤਿਉਹਾਰ ਮਨਾਉਂਦੀ ਹੈ, ਅੱਜ ਦੇ ਅੰਜੀਲ ਵਿੱਚ ਵੀ ਅਸੀਂ ਸੁਣਿਆ ਹੈ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਇੱਕ ਛੋਟੇ ਬੱਚਿਆਂ ਦੇ ਵਾਂਗ ਬਣੋ। ਮਸੀਹ ਵਿੱਚ ਪਿਆਰੇ ਭਰਾਓ ਅਤੇ ਭੈਣੋ, ਅਸੀਂ ਬੜੇ ਹੋ ਜਾਂਦੇ ਹਾਂ ਅਤੇ ਸੋਚਦੇ ਹਾਂ ਕਿ ਮੈਂ ਸਭ ਕੁਝ ਜਾਣਦਾ ਹਾਂ, ਮੈਂ ਪਵਿੱਤਰ ਹਾਂ ਅਤੇ ਚੰਗਾ ਜੀਵਨ ਬਿਤਾਉਂਦਾ ਹਾਂ। ਲੇਕਿਨ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਰਾਹੀਂ ਸਾਨੂੰ ਵੀ ਇਹੀ ਦੱਸਦਾ ਹੈ ਕਿ ਤੁਸੀਂ ਬਦਲ ਕੇ ਆਪਣੇ ਜ਼ਿੰਦਗੀ ਨੂੰ ਬਦਲ ਕੇ ਇੱਕ ਛੋਟੇ ਬੱਚਿਆਂ ਦੇ ਵਾਂਗ ਬਣਾਓ। ਆਪਣੇ ਸੋਚ ਨੂੰ, ਆਪਣੇ ਕੰਮ ਨੂੰ, ਆਪਣੇ ਰੋਜ਼ਾਨਾ ਦੇ ਜ਼ਿੰਦਗੀ ਨੂੰ। ਮਸੀਹ ਵਿੱਚ ਪਿਆਰ ਭਰਾਓ ਅਤੇ ਭੈਣੋ, ਇੱਕ ਛੋਟਾ ਬੱਚਾ ਜੋ ਹੈ ਉਸਦਾ ਸਾਰਾ ਭਰੋਸਾ ਆਪਣੇ ਪਿਤਾ ਦੇ ਵਿੱਚ ਹੁੰਦਾ ਹੈ, ਆਪਣੇ ਮਾਤਾ ਦੇ ਵਿੱਚ ਹੁੰਦਾ ਹੈ, ਕਿਉਂਕਿ ਛੋਟਾ ਬੱਚਾ ਉਹ ਕੁਛ ਵੀ ਨਹੀਂ ਜਾਣਦਾ ਹੈ ਸਿਵਾਏ ਉਹ ਆਪਣੇ ਮਾਤਾ ਪਿਤਾ ਨੂੰ। ਮਸੀਹ ਵਿੱਚ ਪਿਆਰਿਓ, ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਤਕਲੀਫ ਪਰੇਸ਼ਾਨੀ ਕਠਿਨਾਈਆਂ ਦਾ ਸਾਹਮਣਾ ਕਰਦੇ ਹਾਂ ਅਤੇ ਅਸੀਂ ਖੁਦਾ ਬਾਪ ਦੇ ਉੱਤੇ ਭਰੋਸਾ ਕਰਨਾ ਛੱਡ ਦਿੰਦੇ ਹਾਂ। ਲੇਕਿਨ ਖੁਦਾ ਬਾਪ ਹਰ ਇੱਕ ਇਨਸਾਨ ਦੀ ਪਰਵਾਹ ਕਰਦਾ ਹੈ, ਹਰ ਇੱਕ ਇਨਸਾਨ ਨੂੰ ਚੰਗੀ ਜੀਵਨ ਬਿਤਾਉਣ ਦੇ ਲਈ ਉਹ ਯੋਜਨਾ ਬਣਾਉਂਦਾ ਹੈ। ਮਸੀਹ ਵਿੱਚ ਪਿਆਰ ਭਰਾਓ ਅਤੇ ਭੈਣੋ, ਬਾਲਕ ਯੇਸੂ ਦੇ ਸੰਤਨੀ ਤੇਰੇਸਾ ਨੇ 15 ਸਾਲ ਦੀ ਉਮਰ ਵਿੱਚ ਕੋਨਵੈਂਟ ਵਿੱਚ ਦਾਖਲ ਹੋ ਕੇ ਇੱਕ ਸਿਸਟਰ ਬਣ ਕੇ ਆਪਣਾ ਜੀਵਨ ਬਿਤਾਉਣਾ ਸ਼ੁਰੂ ਕੀਤਾ ਸੀ ਅਤੇ 15 ਸਾਲ ਦੀ ਉਮਰ ਵਿੱਚ ਇੱਕ ਨੌਜਵਾਨ ਆਪਣੇ ਮਾਤਾ ਪਿਤਾ ਉੱਤੇ ਭਰੋਸਾ ਰੱਖਦੇ ਹੋਏ ਜੀਵਨ ਬਿਤਾਉਂਦਾ ਹੈ ਅਤੇ ਮਾਤਾ ਪਿਤਾ ਉਸਦੇ ਹਰ ਇੱਕ ਜ਼ਰੂਰਤਾਂ ਨੂੰ
ਪੂਰੀਆਂ ਕਰਦੇ ਹਨ। ਲੇਕਿਨ ਸੰਤ ਨੇ ਤੇਰੇਸਾ ਨੇ ਕੋਨਵੈਂਟ ਵਿੱਚ ਦਾਖਲ ਹੋ ਕੇ ਪਰਮੇਸ਼ੁਰ ਮਸੀਹ ਦੀ ਖੁਦਾ ਬਾਪ ਦੀ ਵਡਿਆਈ ਕਰਦੇ ਹੋਏ ਪ੍ਰਾਰਥਨਾ ਵਿੱਚ ਲੱਗੇ ਰਹਿੰਦੇ ਸੀ ਅਤੇ ਆਪਣਾ ਜੀਵਨ ਬਿਤਾਉਂਦੇ ਸੀ ਅਤੇ ਕੋਨਵੈਂਟ ਵਿੱਚ ਉਸਨੂੰ ਬਹੁਤ ਸਾਰੇ ਦੁੱਖ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਬਿਮਾਰ ਰਹਿੰਦੇ ਸਨ, ਲੇਕਿਨ ਵੀ ਸੰਤ ਨੇ ਤੇਰੇਸਾ ਇਹ ਸੋਚਦੇ ਸੀ ਅਤੇ ਉਸਨੇ ਇੱਕ ਕਿਤਾਬ ਵਿੱਚ ਲਿਖਿਆ ਕਿ ਮੈਂ ਸਵਰਗ ਰਾਜ ਦਾ ਜੀਵਨ ਇਸ ਧਰਤੀ ਵਿੱਚ ਬਿਤਾਉਣਾ ਚਾਹੁੰਦੀ ਹਾਂ ਅਤੇ ਮੈਂ ਉਸੇ ਤਰ੍ਹਾਂ ਕੰਮ ਕਰਨਾ ਚਾਹੁੰਦੀ ਹਾਂ। ਅਤੇ ਸੰਤ ਨੇ ਤੇਰੇਸਾ ਨੇ ਪਰਮੇਸ਼ੁਰ ਮਸੀਹ ਦਾ ਪ੍ਰਚਾਰ ਕਰਨ ਦੇ ਲਈ ਪੁਰੋਹਿਤ ਲੋਕਾਂ ਦੇ ਲਈ ਪ੍ਰਾਰਥਨਾ ਕਰਦੇ ਸੀ ਕਿ ਉਹ ਪਰਮੇਸ਼ੁਰ ਮਸੀਹ ਦੇ ਸੁਭ ਸਮਾਚਾਰ ਨੂੰ ਪੂਰੇ ਸੰਸਾਰ ਵਿੱਚ ਫੈਲਾ ਸਕਣ। ਅਤੇ ਮਸੀਹ ਵਿੱਚ ਪਿਆਰੇ ਭਰਾਓ ਅਤੇ ਭੈਣੋ, ਸੰਤ ਨੇ ਤੇਰੇਸਾ ਦੇ ਪੁਸਤਕ ਅੱਜ ਵੀ ਬਹੁਤ ਲੋਕ ਪੜ੍ਹਦੇ ਹਨ ਅਤੇ ਸੰਤ ਨੇ ਤੇਰੇਸਾ ਇੱਕ ਵਿਦਵਾਨ ਦੇ ਵਾਂਗ ਹੈ ਕਿਉਂਕਿ ਸੰਤ ਨੇ ਤੇਰੇਸਾ ਆਪਣੇ ਕੋਨਵੈਂਟ ਵਿਚਕਾਰ ਹੀ ਰਹਿ ਕੇ ਪਰਮੇਸ਼ੁਰ ਮਸੀਹ ਦੇ ਸੁਭ ਸਮਾਚਾਰ ਦਾ ਪ੍ਰਚਾਰ ਕਰਨ ਦੇ ਲਈ ਪ੍ਰਾਰਥਨਾ ਕਰਦੇ ਸੀ ਅਤੇ ਉਸ ਦੀ ਪ੍ਰਾਰਥਨਾ ਖੁਦਾ ਬਾਪ ਨੇ ਸੁਣੀ ਅਤੇ ਉਸ ਨੂੰ ਉਸ ਪ੍ਰਾਰਥਨਾ ਨੂੰ ਪੁਰੋਹਿਤ ਲੋਕਾਂ ਦੇ ਵਿਚਕਾਰ ਪ੍ਰਗਟ ਕੀਤਾ। ਇਸ ਲਈ ਮਸੀਹ ਵਿੱਚ ਪਿਆਰੇ ਭਰਾਓ ਅਤੇ ਭੈਣੋ, ਅਸੀਂ ਸਾਰੇ ਵੀ ਖੁਦਾ ਬਾਪ ਦੇ ਉੱਤੇ ਭਰੋਸਾ ਰੱਖਦੇ ਹੋਏ ਆਪਣਾ ਸਭ ਕੁਛ ਉਸਦੇ ਉੱਤੇ ਲਾਉਂਦੇ ਹੋਏ ਭਰੋਸਾ ਰੱਖਦੇ ਹੋਏ ਇਹੀ ਪ੍ਰਾਰਥਨਾ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਇੱਕ ਬਾਲਕ ਦੇ ਵਾਂਗ ਬਣਾਉਣਾ ਹੈ ਤਾਂ ਕਿ ਅਸੀਂ ਵੀ ਸਵਰਗ ਰਾਜ ਵਿੱਚ ਦਾਖਲ ਹੋ ਸਕੀਏ ਅਤੇ ਖੁਦਾ ਬਾਪ ਜੋ ਸਵਰਗ ਵਿੱਚ ਹੈ ਅਸੀਂ ਸਾਰਿਆਂ ਨੂੰ ਵਹੀ ਆਸਿਸ ਅਤੇ ਬਰਕਤ ਦੇਵੇ ਜੋ ਅਸੀਂ ਸਾਰਿਆਂ ਦੇ ਜ਼ਿੰਦਗੀ ਵਿੱਚ ਲੋੜ ਹੁੰਦੀ ਹੈ, ਜ਼ਰੂਰਤ ਹੁੰਦੀ ਹੈ। ਤਾਂ ਅਸੀਂ ਖੁਦਾ ਬਾਪ ਤੋਂ ਇਹ ਆਸਿਸ ਅਤੇ ਬਰਕਤ ਮੰਗੀਏ ਕਿ ਖੁਦਾ ਅਤੇ ਪਰਮੇਸ਼ੁਰ ਮਸੀਹ ਅਸੀਂ ਸਾਰਿਆਂ ਨੂੰ ਇੱਕ ਬਾਲਕ ਦੇ ਵਾਂਗ ਬਣਨ ਦਾ ਆਸਿਸ ਅਤੇ ਬਰਕਤ ਦੇਵੇ। ਆਮੀਨ। ਖੁਦਾਇਆ ਆਪਣੇ ਆਪ ਨੂੰ ਤੈਨੂੰ ਚੜਾਵਾਂ, ਤੈਨੂੰ ਚੜਾਵਾਂ, ਤੂੰ ਆਇਆ ਆਪਣੀ ਖੁਦਾਇਆ ਤੈਨੂੰ ਸੁਣਾਵਾਂ, ਤੈਨੂੰ ਸੁਣਾਵਾਂ। ਖੁਦਾਇਆ ਆਪਣੇ ਆਪ ਨੂੰ ਤੈਨੂੰ ਚੜਾਵਾਂ, ਤੈਨੂੰ ਚੜਾਵਾਂ, ਦੁਆਏ ਆਪਣੀ ਖੁਦਾ ਤੈਨੂੰ ਸੁਣਾਵਾਂ, ਤੈਨੂੰ ਕੁਝ ਵੀ ਨਹੀਂ ਹੈ, ਜੋ ਕੁਝ ਹੈ ਉਹ ਤੇਰਾ। ਮੈਥੋਂ ਮੇਰਾ ਕੁਝ ਵੀ ਨਹੀਂ ਹੈ, ਜੋ ਕੁਝ ਹੈ ਸੋ ਤੇਰਾ। ਤਨ ਮਨ ਵੀ ਹੈ ਤੇਰਾ,
ਤੇ ਭੈਣੋ ਪ੍ਰਾਰਥਨਾ ਕਰੋ ਕਿ ਮੇਰੇ ਅਤੇ ਤੁਹਾਡੇ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਨਾਲੇ ਸਾਡੀ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ ਤੇਰੀ ਮਹਾਨਤਾ ਤੇਰੇ ਸੰਤਾਂ ਦੇ ਰਾਹੀਂ ਪ੍ਰਗਟ ਹੁੰਦੀ ਹੈ। ਆਪਣੇ ਮਿਹਰ ਭਰੇ ਪਿਆਰ ਦੇ ਅੱਗੇ ਬਾਲਕ ਯੋਸੂ ਦੇ ਸੰਤ ਨੇ ਤੇਰੇ ਸਾਹ ਦੇ ਨਿਮਰ ਚੜ੍ਹਾਵੇ ਨੂੰ ਤੂੰ ਵੱਡੀ ਖੁਸ਼ੀ ਨਾਲ ਕਬੂਲ ਕੀਤਾ। ਤੇਰੇ ਅੱਗੇ ਚੜ੍ਹਾਏ ਸਾਡੇ ਨਜ਼ਰਾਨੀਆਂ ਨੂੰ ਪ੍ਰਵਾਨ ਕਰ ਅਤੇ ਵਫ਼ਾਦਾਰੀ ਨਾਲ ਸਦਾ ਤੇਰੀ ਸੇਵਾ ਕਰਦੇ ਰਹਿਣ ਲਈ ਸਾਨੂੰ ਲਾਇਕ ਬਣਾ। ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਅਤੇ ਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਸੰਤਾਂ ਦੇ ਰਾਹੀਂ ਤੇਰਾ ਹੀ ਜਲਾਲ ਜ਼ਾਹਿਰ ਹੁੰਦਾ ਹੈ, ਕਿਉਂ ਜੋ ਉਹਨਾਂ ਦੀ ਸ਼ਾਨ ਤੇਰੀਆਂ ਦਾਤਾ ਦਾ ਹੀ ਤਾਜ ਹੈ। ਧਰਤੀ ਉੱਤੇ ਉਹਨਾਂ ਦੇ ਜੀਵਨ ਰਾਹੀਂ ਤੂੰ ਸਾਨੂੰ ਨੇਕ ਨਮੂਨਾ ਦਿੰਦਾ ਹੈ। ਉਹਨਾਂ ਨਾਲ ਸਾਡੇ ਮੇਲ ਦੁਆਰਾ ਤੂੰ ਸਾਨੂੰ ਉਹਨਾਂ ਦੀ ਦੋਸਤੀ ਦਾ ਵਰਦਾਨ ਦਿੱਤਾ ਹੈ। ਕਲੀਸਿਆ ਲਈ ਉਹਨਾਂ ਦੀ ਪ੍ਰਾਰਥਨਾ ਰਾਹੀਂ ਤੂੰ ਸਾਨੂੰ ਤਾਕਤ ਦੇ ਸੁਰੱਖਿਆ ਦਿੰਦਾ ਹੈ। ਗਵਾਹਾਂ ਦੀ ਇਹ ਮਹਾਨ ਸੰਤਾ ਸਾਨੂੰ ਸ਼ੈਤਾਨ ਉੱਤੇ ਫਤਿਹ ਪਾਉਣ ਲਈ ਪ੍ਰੇਰਿਤ ਕਰਦੀ ਹੈ, ਤਾਂ ਜੋ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਹਨਾਂ ਦੇ ਸਦੀਵੀ ਮਹਿਮਾ ਦੇ ਵਿੱਚ ਹਿੱਸੇਦਾਰ ਹੋਈਏ। ਇਸ ਲਈ ਅਸੀਂ ਫਰਿਸ਼ਤਿਆਂ ਅਤੇ ਮਹਾਂਫਰਿਸ਼ਤਿਆਂ ਅਤੇ ਸਭ ਸੰਤਾਂ ਸੰਤਨੀਆਂ ਸਨੇ ਤੇਰੀ ਵਡਿਆਈ ਦਾ ਅਟੂਟ ਗੀਤ ਗਾਉਂਦੇ ਹੋਏ ਇਹ ਪੁਕਾਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉੱਚਾਈਆਂ ਵਿੱਚ ਹੋਸਨਾ। ਅਏ ਪ੍ਰਭੂ ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰੀਆਨਾ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾ ਲਈ ਸੌਂਪਦੇ ਹੋਵੇ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਹੈ, ਕਹਿੰਦੇ ਹੋਵੇ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰ ਦਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ
ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਿਰਿਆ ਕਰੋ। ਇਮਾਨ ਦਾ ਭੇਦ ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭਾ, ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜ੍ਹਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੇ ਵੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੰਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੇ ਹੋਏ ਆਪਣੀ ਯਾਤਰੀ ਕਲੇਸੀਆ ਨੂੰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਰਸੂਲ ਬਿਸ਼ਪ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੇ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭਾ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਤਨ ਕੁਆਰੇ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੇ ਦੇ ਮੁਬਾਰਕ ਵਰ ਸੰਤ ਯੋਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਆਏ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀ ਕਰ, ਆਮੀਨ। ਸਾਡੇ ਮੁਕਤਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸਦੇ ਖੁਦਾਏ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਾਂ ਦੀ ਦਲੇਰੀ ਕਰਦੇ ਹਾਂ। ਐ ਸਾਡੇ ਬਾਪ, ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਆ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਅਹ ਪ੍ਰਭਾ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਅਏ ਪ੍ਰਭੂ ਯਿਸੂ ਮਸੀਹਾ, ਤੂਨੇ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੇਸ਼ਾਂ ਦੇ ਇਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀ ਕਰ।
ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਤਨ ਹਨ ਓਜਰੇ ਲੇਲੇ ਦੇ ਭੋਜ ਲੈ ਸਦੇ ਗਏ ਹਨ। ਇਹ ਪ੍ਰਭੂ, ਮੈਂ ਸਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਸ਼ਬਦ ਆ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਉਤੇ। ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਉਤੇ। ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਉਤੇ। ਜਦੋਂ ਚੜਿਆ ਯਸੂ ਸਲੀਬ ਉਤੇ, ਜਦੋਂ ਚੜਿਆ ਯਸੂ ਸਲੀਬ ਉਤੇ, ਜਦੋਂ ਚੜਿਆ ਯਸੂ ਸਲੀਬ ਉਤੇ। ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਉਤੇ। ਉਸ ਦੇ ਲਹੂ ਨਾਲ ਮਿਲੀਆਂ ਸ਼ਿਫਾਵਾਂ, ਉਸ ਦੇ ਲਹੂ ਨਾਲ ਮਿਲੀਆਂ ਸ਼ਿਫਾਵਾਂ, ਉਸ ਦੇ ਲਹੂ ਨਾਲ ਮੁਕੀਆਂ ਸਜਾਵਾਂ, ਉਸ ਦੇ ਲਹੂ ਨਾਲ ਮੁਕੀਆਂ ਸਜਾਵਾਂ, ਉਸ ਦੇ ਲਹੂ ਨਾਲ ਮੁਕੀਆਂ ਸਜਾਵਾਂ, ਉਸ ਦੇ ਲਹੂ ਨਾਲ ਕਿਉਂਕਿ ਲਹੂ ਨਾਲ ਨਵਾਂ ਹੈ ਬਣਾ ਗਿਆ ਜਦੋਂ ਚੜਿਆ ਯਸੂ ਸਲੀਬ ਤੇ। ਸਾਰੇ ਲਹੂ ਨਾਲ ਨਵਾਂ ਬਣਾ ਗਿਆ ਜਦੋਂ ਚੜਿਆ ਯਸੂ ਸਲੀਬ ਤੇ, ਜਦੋਂ ਚੜਿਆ ਯਸੂ ਸਲੀਬ ਤੇ, ਜਦੋਂ ਚੜਿਆ ਯਸੂ ਸਲੀਬ ਉਤੇ। ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਉਤੇ, ਸਲੀਬ ਉਤੇ।
ਸਲੀਬ ਤੇ। ਪ੍ਰਭੂ ਕਹਿੰਦਾ ਹੈ, ਜਦ ਤੱਕ ਤੁਸੀਂ ਬੱਚਿਆਂ ਵਾਂਗ ਨਹੀਂ ਬਣਦੇ, ਤੁਸੀਂ ਸਵਰਗ ਰਾਜ ਵਿੱਚ ਦਾਖਲ ਨਹੀਂ ਹੋਵੋਗੇ। ਅਸੀਂ ਪ੍ਰਾਰਥਨਾ ਕਰੀਏ। ਅਏ ਪ੍ਰਭੂ ਪਾਕ ਯੁਖਰਿਸਤ ਦੇ ਇਸ ਸਕਰਾਮੈਂਟ ਵਿੱਚ ਸਰੀਕ ਹੋਣਾ ਸਾਡੇ ਵਿੱਚ ਉਸ ਪਿਆਰ ਦੀ ਅੱਗ ਨੂੰ ਜਗਾਵੇ, ਜਿਸ ਨੇ ਬਾਲਕ ਯੇਸੂ ਦੀ ਕੁਆਰੀ ਸੰਤਨੀ ਤਰੇਸਾ ਨੂੰ ਸਾਰਿਆਂ ਦੀ ਨਜਾਤ ਲਈ ਆਪਣੇ ਆਪ ਨੂੰ ਸਮਰਪਣ ਕਰਨ ਦੀ ਪ੍ਰੇਰਣਾ ਦਿੱਤੀ। ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ ਆਮੀਨ। ਕੁਰਬਾਨੀ ਚੜ੍ਹਾਈ ਗਈ, ਸ਼ਾਂਤੀ ਨਾਲ ਜਾਵੋ, ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਵੇ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ੀ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰ ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਮੈਂ ਭੀੜ ਹਾਂ ਤੇਰੀ, ਤੂੰ ਚਰਵਾਹਾ ਹੈ, ਮੇਰਾ ਯਸੂ ਸੱਚਾ ਚਰਵਾਹਾ ਹੈ। ਮੈਂ ਭੀੜ ਹਾਂ ਤੇਰੀ, ਤੂੰ ਚਰਵਾਹਾ ਹੈ, ਮੇਰਾ ਯਸੂ ਸੱਚਾ ਚਰਵਾਹਾ ਹੈ। ਜੋ ਕਦੇ ਛੱਡ ਕੇ ਨਹੀਂ ਜਾਂਦਾ, ਜਿਹੜਾ ਮੇਰੇ ਨਾਲ ਨਾਲ ਰਹਿੰਦਾ, ਜੋ ਕਦੇ ਛੱਡ ਕੇ ਨਹੀਂ ਜਾਂਦਾ, ਉਹ ਮੇਰੇ ਨਾਲ ਨਾਲ ਰਹਿੰਦਾ। ਮੈਂ ਭੀੜ ਹਾਂ ਤੇਰੀ, ਤੂੰ ਚਰਵਾਹਾ ਹੈ, ਮੇਰਾ ਯਸੂ ਸੱਚਾ ਚਰਵਾਹਾ ਹੈ। ਮੈਂ ਭੀੜ ਹਾਂ ਤੇਰੀ, ਤੂੰ ਚਰਵਾਹਾ ਹੈ, ਮੇਰਾ ਯਸੂ ਸੱਚਾ ਚਰਵਾਹਾ ਹੈ। ਅੱਖ ਚੁੱਕ ਕੇ ਮੈਨੂੰ ਵੈਰੀ ਨਹੀਂ ਉਹ ਵੇਖਦੇ, ਉਹਨਾਂ ਨੂੰ ਯਸੂ ਤੇਰਾ ਹੀ ਡਰਾਵਾ ਹੈ। ਮੈਂ ਭੀੜ ਹਾਂ ਤੇਰੀ, ਤੂੰ
ਚਰਵਾਹਾ ਹੈ, ਮੇਰਾ ਯਿਸੂ ਸੱਚਾ ਚਰਵਾਹਾ ਹੈ, ਮੈਂ ਪੇਟ ਹਾਂ ਤੇਰੀ ਤੂੰ ਚਰਵਾਹਾ ਹੈ, ਮੇਰਾ ਯਿਸੂ ਸੱਚਾ ਚਰਵਾਹਾ ਹੈ, ਮੇਰਾ ਯਿਸੂ ਸੱਚਾ ਚਰਵਾਹਾ ਹੈ।